ਪੰਜਾਬ ਵਿੱਚ ਕਾਲੇ ਦੌਰ ਦੇ ਦੌਰਾਨ 28 ਵਰੇ ਪਹਿਲਾਂ ਤਰਨ ਤਾਰਨ ਦੇ ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ ਸਮੇਤ ਉਸਦੇ 6 ਰਿਸ਼ਤੇਦਾਰਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾਉਣ ਅਤੇ ਗਾਇਬ ਕਰਨ ਦੇ ਮਾਮਲੇ ਵਿੱਚ CBI ਦੀ ਅਦਾਲਤ ਨੇ ਅੱਜ ਫੈਸਲਾ ਕਰਦਿਆਂ ਸਾਬਕਾ SSP ਸਮੇਤ 6 ਪੁਲਿਸ ਵਾਲਿਆਂ ਵਿਰੁੱਧ ਦੋਸ਼ ਆਇਦ ਕਰਕੇ ਸਜ਼ਾ ਸੁਣਾ ਦਿੱਤੀ ਹੈ। 3 ਜਣਿਆਂ ਨੂੰ ਬਰੀ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਨਾਮਜ਼ਦ ਸਾਬਕਾ SSP ਅਜੀਤ ਸਿੰਘ ਸੰਧੂ ਜੋ ਕਿ ਡੇਰਾਬੱਸੀ ਨੇੜੇ ਖੁਦਕੁਸ਼ੀ ਕਰ ਚੁੱਕੇ ਨੇ, ਜਦਕਿ ਇੱਕ ਹੋਰ ਨਾਮਜ਼ਦ SSP ਗੁਰਬਖਸ਼ ਸਿੰਘ ਰੰਧਾਵਾ ਅਤੇ ਕਸ਼ਮੀਰਾ ਸਿੰਘ ਨੂੰ ਬਰੀ ਕਰ ਦਿੱਤਾ ਗਿਆ। ਇਸ ਕੇਸ ਵਿੱਚ ਇੰਸਪੈਕਟਰ ਸੂਬਾ ਸਿੰਘ ਨੂੰ ਸਮੇਤ ਸੁਖਦੇਵ ਸਿੰਘ ਅਤੇ ਬਿਕਰਮ ਸਿੰਘ ਨੂੰ 10-10 ਸਾਲ ਦੀ ਸਜ਼ਾ, ਲੱਖਾ ਸਿੰਘ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ ਇਹ ਹਨ ਕਿ ਬਾਬਾ ਚਰਨ ਸਿੰਘ ਨੂੰ ਪੁਲਿਸ ਨੇ ਮਾਰ ਕੇ ਹਰੀ ਕੇ ਨਹਿਰ ਵਿੱਚ ਸੁੱਟ ਦਿੱਤਾ ਸੀ ਅਤੇ ਉਸਦੇ ਸਾਲੇ ਦੇ 2 ਲੜਕੇ ਜੋ ਕਿ ਪੰਜਾਬ ਪੁਲਿਸ ਵਿੱਚ ਸੀ ਉਹਨਾਂ ਨੂੰ ਗੱਡੀਆਂ ਨਾਲ ਬੰਨ੍ਹ ਕੇ ਦਰਿੰਦਗੀ ਨਾਲ ਪਾੜ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਚਰਨ ਸਿੰਘ ਅਤੇ 3 ਭਾਈ ਕੇਸਰ ਸਿੰਘ, ਗੇਜਾ ਸਿੰਘ, ਗੁਰਦੇਵ ਸਿੰਘ ਅਤੇ ਗੁਰਦੇਵ ਸਿੰਘ ਨੂੰ ਵੀ ਪੁਲਿਸ ਨੇ ਚੁੱਕ ਲਿਆ ਸੀ ਅਤੇ ਇੱਕ ਮੁਕਾਬਲਾ ਦਿਖਾ ਕੇ ਮਾਰ ਦਿੱਤਾ ਗਿਆ ਸੀ। ਬਿਊਰੋ ਰਿਪੋਰਟ, ਆਵਾਜ਼ਕੌਮ TV। ਬਾਬਾ ਚਰਨ ਸਿੰਘ ਅਤੇ ਉਹਨਾਂ ਦੇ 6 ਪਰਿਵਾਰ ਦੇ ਮੈਂਬਰ ਉਹਨਾਂ ਨੂੰ ਚੱਕ ਕੇ ਲਾਪਤਾ ਕਰਕੇ ਅੱਜ ਤੱਕ ਉਹਨਾਂ ਦਾ ਕੁਛ ਪਤਾ ਨਹੀਂ ਲੱਗਾ ਤਾਂ ਟ੍ਰਾਇਲ ਵਿੱਚ ਇਹ ਸਾਬਤ ਹੋ ਗਿਆ ਸੀਗਾ ਵੀ ਉਹਨਾਂ ਨੂੰ ਚੁੱਕ ਕੇ ਇਲੀਗਲ ਕਸਟਡੀ 'ਚ ਰੱਖ ਕੇ ਤਾਂ ਉਹਨਾਂ ਨੂੰ ਮਾਰ ਦਿੱਤਾ ਗਿਆ ਸੀਗਾ, ਕਿਉਂਕਿ ਅੱਜ ਤੱਕ ਉਹਨਾਂ ਦੀ ਕੋਈ ਖਬਰ ਨਹੀਂ ਮਿਲੀ, ਐਵੀਡੈਂਸ ਵੀ ਪੂਰੀ ਤਰ੍ਹਾਂ। ਮੈਂ ਤੁਹਾਨੂੰ ਮੋਟਾ ਮੋਟਾ ਸੁਣਾ ਦਿੰਦਾ ਤਾਂ ਬਾਕੀ ਪਰਿਵਾਰ ਵੱਲੋਂ ਵੀ ਤੁਸੀਂ ਇਹਨਾਂ ਦੇ ਵਿਊ ਲੈ ਲਓ ਵੀ ਇਹਨਾਂ ਨੂੰ ਜਿਸ ਤਰ੍ਹਾਂ ਲੱਗਦਾ ਵੀ ਅੱਜ ਇਹਨਾਂ ਨੂੰ ਸਰ 364 ਵਿੱਚ ਇੰਸਪੈਕਟਰ ਸੂਬਾ ਸਿੰਘ ਨੂੰ ਸਜ਼ਾ ਹੋਈ ਹੈ 10 ਸਾਲ ਦੀ ਸਜ਼ਾ ਤਾਂ 30,000 ਫਾਈਨ ਤਾਂ 364 'ਚ ਇੰਸਪੈਕਟਰ ਸੂਬਾ ਸਿੰਘ ਦੇ 2 ਕੇਸਾਂ 'ਚ ਹੋਈ ਆ, ਬਾਬਾ ਚਰਨ ਸਿੰਘ ਵਾਲੇ ਕੇਸ ਤਾਂ ਮੇਜਰ ਸਿੰਘ ਬਾਬਾ ਮੇਜਰ ਸਿੰਘ ਵਾਲੇ ਕੇਸ 'ਚ ਤਾਂ ਸੁਖਦੇਵ ਰਾਜ ਜੋਸ਼ੀ ਨੂੰ 365 ਵਿੱਚ 5 ਸਾਲ ਦੀ ਸਜ਼ਾ ਹੋਈ ਆ, ਗੁਰਮੇਜ ਤਾਂ ਬਲਵਿੰਦਰ ਵਾਲੇ ਕੇਸ ਵਿੱਚ, ਬਾਕੀ ASI ਸੂਬਾ ਸਿੰਘ ਕੇਸਰ ਸਿੰਘ ਵਾਲੇ ਅਬਡਕਸ਼ਨ ਕੇਸ 318 ਵਿੱਚ ਉਹਨਾਂ ਨੂੰ ਪ੍ਰੋਬੇਸ਼ਨ ਮਿਲੀ 2 ਸਾਲ ਦੀ, HC ਲੱਖਾ ਸਿੰਘ ਨੂੰ 218 ਵਿੱਚ ਸੇਮ ਆਰਡਰ ਦਿੱਤਾ ਪ੍ਰੋਬੇਸ਼ਨ 2 ਸਾਲ ਦਾ, SI ਬਿਕਰਮਜੀਤ ਨੂੰ 364 ਵਿੱਚ ਰੈੱਡ ਵਿਦ ਅੰਡਰ ਸੈਕਸ਼ਨ 120 10 ਸਾਲ ਦੀ ਸਜ਼ਾ, ਤਾਂ SI ਸੁਖਦੇਵ ਸਿੰਘ 364 ਵਿੱਚ ਉਹਨਾਂ ਨੂੰ ਵੀ 10 ਸਾਲ ਦੀ ਸਜ਼ਾ। ਬਾਕੀ ਇਹਨਾਂ ਨੇ ਜਿਹੜੇ ਜੁਰਮਾਨੇ ਲੱਗੇ ਹੋਏ ਆ ਅਸੀਂ ਤੁਹਾਨੂੰ ਬਾਅਦ ਵਿੱਚ ਦੱਸ ਸਕਦੇ ਹਾਂ। ਇਸ ਪਰਿਵਾਰ ਨੂੰ 27 ਸਾਲ ਹੋ ਗਏ ਇਨਸਾਫ ਦੀ ਪਾਲ ਵਿੱਚ, 18-19 ਸਾਲ ਬਾਅਦ ਇਹ ਕੇਸਾਂ ਤੋਂ ਤੇ ਸਟੇ ਹਟਾਈ ਗਈ ਸੀਗੀ, ਜਦ ਸੁਪਰੀਮ ਕੋਰਟ 'ਚ ਦੁਬਾਰਾ ਇਹ ਅਕਿਊਜ਼ਡ ਨੇ ਸਟੇ ਲੈਣ ਦੀ ਕੋਸ਼ਿਸ਼ ਕੀਤੀ ਤਾਂ ਸੁਪਰੀਮ ਕੋਰਟ ਨੇ ਇਹ ਕੇਸਾਂ ਦੇ ਉੱਤੇ ਟਾਈਮ ਬਾਊਂਡ ਕੀਤਾ। ਅਸੀਂ ਅੱਜ ਇਹ ਕਹਿ ਸਕਦੇ ਹਾਂ ਵੀ ਇੱਕ ਹੱਦ ਤੱਕ ਇਹ ਪਰਿਵਾਰ ਨੂੰ ਜਸਟਿਸ ਮਿਲੀ ਆ। ਜਿਹੜੇ ਅੱਜ ਤੱਕ 6 ਪਰਿਵਾਰ ਦੇ ਮੈਂਬਰ ਜਿਨ੍ਹਾਂ ਦਾ ਅੱਜ ਕੋਈ ਅਤਾ ਪਤਾ ਨਹੀਂ, ਸਿਰਫ ਇਹ ਸਾਬਤ ਹੋਇਆ ਵੀ ਪੁਲਿਸ ਦੀ ਕਸਟਡੀ ਵਿੱਚ ਸੀਗੇ, ਉਹਨਾਂ ਨੂੰ ਇਲੀਗਲ ਕਸਟਡੀ ਵਿੱਚ ਰੱਖਿਆ ਗਿਆ, ਉਹਨਾਂ 'ਤੇ ਤਸੀਹੇ ਦਿੱਤੇ ਗਏ, ਟੋਰਚਰ ਕੀਤਾ ਗਿਆ, ਪੂਰਾ ਐਵੀਡੈਂਸ ਰਿਕਾਰਡ ਵਿੱਚ ਆਇਆ, ਤਾਂ ਅੱਜ ਤੱਕ ਇਹਨਾਂ ਦਾ ਕੁਛ ਪਤਾ ਨਹੀਂ। ਜੇ ਉਸ ਕੇਸ ਇਹ ਲੋਕਾਂ ਨੂੰ 10 ਸਾਲ ਦੀ ਸਜ਼ਾ ਹੋਈ ਆ ਤਾਂ ਅਸੀਂ ਇਹ ਕਹਿ ਸਕਦੇ ਹਾਂ, ਬਾਕੀ ਅਸੀਂ ਜੱਜ ਸਾਹਿਬ ਦਾ ਆਰਡਰ ਗੌਰ ਨਾਲ ਪੜ੍ਹ ਕੇ ਦੇਖਾਂਗੇ, ਪਰ ਇਹਨਾਂ ਨੂੰ ਸਾਡੇ ਇੰਪ੍ਰੈਸ਼ਨ ਮੁਤਾਬਕ ਇਹਨਾਂ ਨੂੰ ਪੂਰੀ ਲਾਈਫ ਕਸਟਡੀ ਮਿਲਣੀ ਚਾਹੀਦੀ ਸੀਗੀ, ਕਿਉਂਕਿ 364 'ਚ ਇੱਕ ਪ੍ਰੋਵੀਜ਼ਨ ਹੈਗੀ ਆ ਲਾਈਫ ਇੰਪ੍ਰਿਜ਼ਨਮੈਂਟ ਦੀ। ਤਾਂ ਇਹ ਕੇਸ ਵਿੱਚ ਅਸੀਂ ਇਹ ਵੀ ਕਹਿ ਸਕਦੇ ਹਾਂ ਵੀ ਕੋਈ ਵਿਰਲੇ ਕੇਸ ਨਹੀਂ ਸੀਗੇ। June 1992 ਤੋਂ ਲੈ ਕੇ April 1993 ਤੱਕ ਥਾਵਾਂ ਥਾਵਾਂ 'ਚੋਂ UP ਤੋਂ ਲੈ ਕੇ ਤਰਨ ਤਾਰਨ ਤੱਕ ਰਮੋਨੀ ਭੰਡਾਰਾ ਜਿਹੜੇ ਇਹਨਾਂ ਦੇ ਪਿੰਡ ਸੀਗੇ ਉੱਥੋਂ ਵੱਖੋ ਵੱਖ ਜਗ੍ਹਾ 'ਤੇ ਹਰ 2 ਮਹੀਨੇ ਬਾਅਦ ਇੱਕ ਘਰ ਦਾ ਜੀ ਚੁੱਕਿਆ ਜਾਂਦਾ ਸੀਗਾ। SSP ਅਜੀਤ ਸਿੰਘ ਸੰਧੂ ਦਾ ਇੱਕ ਮੇਨ ਰੋਲ ਸੀਗਾ, ਜਿਹੜੇ ਇਨਕੁਆਇਰੀ ਤੋਂ ਪਹਿਲਾਂ ਹੀ ਇਹਨਾਂ ਨੇ ਆਪਣੀ ਸੁਇਸਾਈਡ ਕਰ ਲਈ ਸੀਗੀ, ਤਾਂ ਇਹ ਤੁਹਾਨੂੰ ਵਿਕਟਿਮਸ ਵੀ ਦੱਸਿਆ। ਜਿਹੜੇ 3 ਬਰੀ ਹੋਏ ਨੇ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਕਿ ਜਿਹੜੇ 3 ਬਰੀ ਕੀਤੇ? ਅਸੀਂ ਉਹਨਾਂ ਦੀ ਜ਼ਰੂਰ ਅਪੀਲ ਕਰਾਂਗੇ, ਕਿਉਂਕਿ ਅਸੀਂ ਇਹ ਕਹਿ ਸਕਦੇ ਜਿਹੜੇ ਸੀਨੀਅਰ ਆਫੀਸਰਸ ਆ ਇਸ ਕੇਸ ਵਿੱਚ ਉਹ ਸਾਰੇ ਬਰੀ ਹੋ ਗਏ ਆ।
ਪਹਿਲੀ ਗੱਲ ਤੇ ਆ DSP ਗੁਰਮੀਤ ਸਿੰਘ ਰੰਧਾਵਾ ਜਿਹਦੇ ਉੱਤੇ UP ਦਾ ਅਬਡਕਸ਼ਨ ਦਾ ਕੇਸ ਸੀਗਾ ਗੁਰਦੇਵ ਸਿੰਘ ਦਾ, ਉਹਨਾਂ ਨੂੰ ਉੱਥੋਂ ਚੁੱਕਿਆ ਗਿਆ ਪੁਲਿਸ ਪਾਰਟੀ ਸਮੇਤ। ਇਸ ਕੇਸ ਵਿੱਚ ਅਸੀਂ ਕੋਰਟ ਦੇ ਸਾਹਮਣੇ ਕਾਫੀ ਚੀਜ਼ਾਂ ਸਾਹਮਣੇ ਲਿਆਂਦੀਆਂ ਸੀਗੀਆਂ। ਇੱਕ ਐਪਲੀਕੇਸ਼ਨ ਵੀ ਲਾਈ ਗਈ ਸੀਗੀ ਵੀ ਵਿਟਨੈਸਾਂ ਨੂੰ ਡਰਾ ਧਮਕਾ ਕੇ ਇਹਨਾਂ ਨੂੰ ਗਵਾਹੀ ਪਹੁੰਚਾਉਣ ਤੱਕ ਨਹੀਂ ਮੌਕਾ ਦਿੱਤਾ ਜਾਂਦਾ, ਉਹ ਵੀ ਸਾਡੀ ਇੱਕ ਐਪਲੀਕੇਸ਼ਨ ਕੋਰਟ ਦੇ ਸਾਹਮਣੇ ਪੈਂਡਿੰਗ ਸੀਗੀ। ਜਿਹੜਾ ਬਾਬਾ ਚਰਨ ਸਿੰਘ ਵਾਲੇ ਕੇਸ ਵਿੱਚ ਇੰਸਪੈਕਟਰ ਕਸ਼ਮੀਰ ਸਿੰਘ ਗਿੱਲ ਤਾਂ SI ਨਿਰਮਲ ਸਿੰਘ ਇਹ ਵੀ ਇਕੁਇਟ ਹੋ ਗਏ, ਇਹ ਵੀ ਤੁਸੀਂ ਕਹਿ ਸਕਦੇ ਹਾਂ ਵੀ ਸੀਨੀਅਰ ਆਫਿਸਰ ਸੀਗੇ। ਤਾਂ ਐਵੀਡੈਂਸ ਸਿਰਫ ਟ੍ਰਾਇਲ ਦੇ ਦੌਰਾਨ ਚ ਨਹੀਂ ਇਹ ਸਾਬਤ ਹੋਇਆ, ਇਹ ਜਦ ਇੰਕੁਆਇਰੀ ਚੱਲੀ ਸੀਗੀ ਸੈਸ਼ਨਸ ਕੋਰਟ ਅੱਜ ਤੋਂ ਕੁਛ 20-22 ਸਾਲ ਪਹਿਲਾਂ, ਇਹ ਵੀ ਸਾਬਤ ਆਨ ਦੀ ਰਿਕਾਰਡ ਆ ਗਿਆ ਸੀਗਾ ਵੀ ਮੇਨ ਜਿਹੜਾ ਅਕਿਊਜ਼ ਦਾ ਰੋਲ ਸੀਗਾ ਉਹ ਸੀਗਾ ਖੂਬੀ ਰਾਮ, ਜੋ ਇਸ ਟਾਈਮ ਕੈਪਟਨ ਅਮਰਿੰਦਰ ਸਿੰਘ ਦੇ ਸਪੈਸ਼ਲ ਐਡਵਾਈਜ਼ਰ ਆ। ਇੱਕ ਅਕਿਊਜ਼ਡ ਜਿਹੜਾ ਜੋਸ਼ੀ ਆ, ਸੁਖਦੇਵ ਰਾਜ ਜੋਸ਼ੀ, ਉਹਦੀ ਵੀ ਐਪਲੀਕੇਸ਼ਨ ਇੱਕ ਲਾਈ ਹੋਈ ਆ, ਹਾਈ ਕੋਰਟ ਵਿੱਚ ਇੱਕ ਪੈਂਡਿੰਗ ਆ, 319 ਦੀ ਉਹਨੇ ਐਪਲੀਕੇਸ਼ਨ ਲਾਈ ਸੀਗੀ ਵੀ ਉਹਨਾਂ ਦਾ ਵੀ ਰੋਲ ਆਉਣਾ ਚਾਹੀਦਾ ਸੀਗਾ।